ਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ, ਵਧੀਆ ਹੋਵੋਗੇ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਸਬਜ਼ੀ। ਸਬਜ਼ੀ ਆਪਾਂ ਬਣਾਵਾਂਗੇ ਜੀ ਕਚਾਲੂਆਂ ਦੀ। ਚਾਟ ਤੇ ਤੁਸੀਂ ਕਚਾਲੂਆਂ ਦਾ ਬਹੁਤ ਵਾਰੀ ਬਣਾ ਕੇ ਖਾਧਾ ਹੋਣਾ, ਤੇ ਅੱਜ ਆਪਾਂ ਬਣਾਵਾਂਗੇ ਸਬਜ਼ੀ। ਤੇ ਸਬਜ਼ੀ ਆਪਾਂ ਬਣਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ, ਪੂਰੇ ਦੇਸੀ ਤਰੀਕੇ ਨਾਲ, ਜਿਸ ਤਰ੍ਹਾਂ ਵੀ ਆਪਾਂ ਪੰਜਾਬੀ ਸਟਾਈਲ ਨਾਲ। ਅੱਗੇ ਵੀ ਤੁਹਾਨੂੰ ਦੱਸਦੇ ਹਾਂ ਵੀ ਪੂਰੇ ਦੇਸੀ ਤਰੀਕੇ ਨਾਲ ਆਪਾਂ ਕੋਈ ਵੀ ਸਬਜ਼ੀ ਬਣਾਈ ਦੀ ਆ। ਤੇ ਇਹਨੂੰ ਬਣਾਉਣ ਵਾਸਤੇ ਆਪਾਂ ਇੱਥੇ ਲਏ ਨੇ ਜੀ ਦੋ ਲਏ ਨੇ ਕਚਾਲੂ। ਕਚਾਲੂ ਆਪਾਂ ਲਏ ਸੀ ਚਾਟ ਬਣਾਉਣ ਵਾਸਤੇ, ਤੇ ਮੈਂ ਸਾਰੇ ਕਚਾਲੂਆਂ ਨੂੰ ਉਬਾਲ ਕੇ ਰੱਖ ਲਿਆ ਸੀ। ਜੇਕਰ ਤੁਸੀਂ ਕਚਾਲੂਆਂ ਦੀ ਸਬਜ਼ੀ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਕੱਚੇ ਕਚਾਲੂਆਂ ਦੀ ਵੀ ਸਬਜ਼ੀ ਬਣਾ ਸਕਦੇ ਹੋ, ਪਰ ਆਪਾਂ ਇੱਥੇ ਉਬਲੇ ਹੋਏ ਕਚਾਲੂ ਲਏ ਨੇ। ਸਬਜ਼ੀ ਨੂੰ ਬਣਾਉਣ ਵਾਸਤੇ ਮਸਾਲਾ ਆਪਾਂ ਲਿਆ ਦੋ ਲਏ ਨੇ ਆਪਾਂ ਟਮਾਟਰ, ਤੇ ਦੋ ਮੀਡੀਅਮ ਸਾਈਜ਼ ਦੇ ਪਿਆਜ਼, ਤਿੰਨ ਲਈਆਂ ਹਰੀਆਂ ਮਿਰਚਾਂ, ਇੱਕ ਗੰਢੀ ਲਸਣ ਦੀ ਛਿੱਲ ਲਈ, ਤੇ ਇੱਕ ਟੁਕੜਾ ਅਦਰਕ ਦਾ। ਤੇ ਮਸਾਲੇ ਨੂੰ ਪਹਿਲਾਂ ਕੁੱਟ ਕੇ ਕਰ ਲੈਂਦੇ ਹਾਂ ਤਿਆਰ, ਫਿਰ ਆਪਾਂ ਉਸ ਤੋਂ ਬਾਅਦ ਕਚਾਲੂਆਂ ਨੂੰ ਤਿਆਰ ਕਰਾਂਗੇ। ਮਸਾਲੇ ਵਿੱਚ ਪਾਵਾਂਗੇ ਜੀ ਆਪਾਂ 1 ਚਮਚ ਆਪਾਂ ਸਾਬਤ ਧਨੀਆ ਲੈ ਲਿਆ, ਤੇ ਇਹਨੂੰ ਆਪਾਂ ਕੁੱਟ ਲੈਂਦੇ ਹਾਂ। ਤੇ ਗਰਮ ਮਸਾਲਾ ਜਿਹੜਾ ਉਹ ਆਪਾਂ ਅੱਗੇ ਤੜਕੇ ਵਿੱਚ ਪਾਵਾਂਗੇ। ਧਨੀਆ ਨੂੰ ਆਪਾਂ ਪੀਸ ਲਿਆ, ਤੇ ਨਾਲ ਹੀ ਹੁਣ ਪਾ ਦਿੰਦੇ ਹਾਂ ਜੀ ਲਸਣ, ਹਰੀਆਂ ਮਿਰਚਾਂ ਤੇ ਅਦਰਕ, ਤੇ ਪਿਆਜ਼ਾਂ ਨੂੰ ਵੀ ਕੁੱਟ ਕੇ ਪਾ ਲਾਂਗੇ। ਪਹਿਲਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਕੁੱਟ ਲੈਂਦੇ ਹਾਂ। ਤੁਸੀਂ ਚਾਹੋ ਤਾਂ ਇੱਥੇ ਮਸਾਲਾ ਜਿਹੜਾ ਤੜਕੇ ਵਾਸਤੇ ਆਪਾਂ ਬਣਾਉਣਾ ਉਹਨੂੰ ਤੁਸੀਂ ਮਿਕਸੀ ਵਿੱਚ ਵੀ ਪੀਸ ਸਕਦੇ ਹੋ। ਹੁਣ ਆਪਾਂ ਕੱਟ ਕੇ ਪਾ ਦਿੰਦੇ ਹਾਂ ਜੀ ਪਿਆਜ਼। ਪਿਆਜ਼ ਆਪਾਂ ਕੁੱਟ ਲਏ ਨੇ, ਤੇ ਹੁਣ ਇਹਨੂੰ ਕੱਢ ਲੈਂਦੇ ਹਾਂ ਜੀ ਪਿਆਜ਼ਾਂ ਨੂੰ ਆਪਾਂ ਕੌਲੀ ਦੇ ਵਿੱਚ, ਤੇ ਇਹਦੇ ਵਿੱਚ ਹੀ ਕੁੰਡੇ ਦੇ ਆਪਾਂ ਜਿਹੜੇ ਕਚਾਲੂ ਨੇ ਉਹ ਸਬਜ਼ੀ ਵਾਸਤੇ ਕਰ ਲੈਂਦੇ ਹਾਂ ਤਿਆਰ। ਕਚਾਲੂਆਂ ਨੂੰ ਆਪਾਂ ਛਿੱਲ ਕੇ ਤੇ ਇਹਦੇ ਕੁੰਡੇ ਦੇ ਵਿੱਚ ਹੀ ਆਪਾਂ ਕਰ ਲੈਂਦੇ ਹਾਂ ਜੀ ਤਿਆਰ। ਤੁਸੀਂ ਕੱਚੇ ਕਚਾਲੂਆਂ ਦੀ ਸਬਜ਼ੀ ਵੀ ਬਣਾ ਸਕਦੇ ਹੋ। ਆਪਾਂ ਕੱਲ ਕੱਚਾ ਚਾਟ ਵਾਸਤੇ ਕਚਾਲੂ ਛਿੱਲੇ ਸੀ, ਉਬਾਲੇ ਸੀ। ਕਚਾਲੂ ਉਹਨਾਂ ਨੂੰ ਆਪਾਂ ਛਿੱਲ ਕੇ ਕੱਟ ਲਿਆ, ਤੇ ਇਹਨਾਂ ਨੂੰ ਥੋੜਾ ਜਿਹਾ ਕੁੱਟ ਲੈਂਦੇ ਹਾਂ ਕੁੰਡੇ ਦੇ ਵਿੱਚ ਹੀ, ਤੇ ਫਿਰ ਆਪਾਂ ਉਸ ਤੋਂ ਬਾਅਦ ਵੇਸਣ ਪਾਵਾਂਗੇ। ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਵੇਸਣ, 3 ਚਮਚੇ ਆਪਾਂ ਵੇਸਣ ਦੇ ਪਾਵਾਂਗੇ ਭਰ ਕੇ, ਤੇ ਨਾਲ ਹੀ ਥੋੜੇ ਜਿਹੇ ਪਾ ਦਾਂਗੇ ਆਪਾਂ ਮਸਾਲੇ। ਥੋੜੀ ਜਿਹੀ ਪਾਵਾਂਗੇ ਅਜਵੈਨ, ਅਜਵੈਨ ਦਾ ਟੇਸਟ ਆ ਜਿਹੜਾ ਕਚਾਲੂਆਂ ਵਿੱਚ ਬਹੁਤ ਵਧੀਆ ਹੁੰਦਾ, ਤੁਸੀਂ ਜ਼ਰੂਰ ਪਾਇਓ। ਤੇ ਥੋੜੀ ਜਿਹੀ ਪਾਵਾਂਗੇ ਜੀ ਆਪਾਂ ਹਲਦੀ, ਤੇ ਸਵਾਦ ਦੇ ਹਿਸਾਬ ਨਾਲ ਕਚਾਲੂਆਂ ਦੇ ਵਿੱਚ ਪਾ ਦਾਂਗੇ ਲੂਣ 1/2 ਚਮਚ ਤੋਂ ਵੀ ਘੱਟ, ਤੇ ਥੋੜ੍ਹੀ ਜਿਹੀ ਪੀਸੀ ਮਿਰਚ। ਇੰਨੇ ਮਸਾਲੇ ਆਪਾਂ ਇਹਨਾਂ ਕਰ ਲੈਂਦੇ ਹਾਂ ਤਿਆਰ ਕੋਫਤਿਆਂ ਦੇ। ਥੋੜ੍ਹਾ ਜਿਹਾ ਆਪਾਂ ਰੱਖ ਲਿਆ ਸੀ ਜੀ ਪਿਆਜ਼, ਹੁਣ ਇਹਨੂੰ ਆਪਾਂ ਬਰੀਕ ਬਰੀਕ ਕੱਟ ਕੇ ਤੇ ਇਹਨਾਂ ਕਚਾਲੂਆਂ ਦੇ ਕੋਫਤਿਆਂ ਵਿੱਚ ਪਾ ਦਾਂਗੇ।
ਤੇ ਹੁਣ ਇਹਨੂੰ ਕਰ ਲੈਂਦੇ ਹਾਂ ਜੀ ਮਿਕਸ। ਪਾਣੀ ਆਪਾਂ ਬਿਲਕੁਲ ਨਹੀਂ ਹਜੇ ਪਾਉਣਾ ਕਿਉਂਕਿ ਆਪਾਂ ਪਹਿਲਾਂ ਕਚੌਲੀਆਂ ਦੇ ਵਿੱਚ ਬੇਸਣ ਨੂੰ ਆਪਾਂ ਮਿਕਸ ਕਰ ਲਾਂਗੇ। ਤੇ ਲਓ ਜੀ ਆਪਾਂ ਬੇਸਣ ਨੂੰ ਕਰ ਦਿੱਤਾ ਮਿਕਸ ਚੰਗੀ ਤਰ੍ਹਾਂ। ਤੇ ਹੁਣ ਆਪਾਂ ਚੱਲਦੇ ਹਾਂ ਜੀ ਚੁੱਲ੍ਹੇ ਵੱਲ ਤੇ ਇਹਨਾਂ ਨੂੰ ਛੋਟੇ ਛੋਟੇ ਬੋਲ ਬਣਾ ਕੇ ਹੱਥ ਦੇ ਨਾਲ ਹੀ ਤੇ ਇਹਨਾਂ ਨੂੰ ਫਰਾਈ ਕਰ ਲੈਂਦੇ ਹਾਂ ਕੋਫਤਿਆਂ ਨੂੰ। ਤੇਲ ਵੀ ਗਰਮ ਹੋ ਗਿਆ ਆਪਣਾ ਚੰਗੀ ਤਰੀਕੇ ਨਾਲ ਤੇ ਹੁਣ ਪਾਣੀ ਦਾ ਹੱਥ ਲਾ ਕੇ ਤੇ ਥੋੜਾ ਥੋੜਾ ਬੈਟਰ ਲੈ ਕੇ ਕੋਫਤਿਆਂ ਦਾ ਤੇ ਆਪਾਂ ਹੁਣ ਕੋਫਤੇ ਤਲਨੇ ਸ਼ੁਰੂ ਕਰ ਲੈਂਦੇ ਹਾਂ। ਜ਼ਿਆਦਾ ਵੱਡੇ ਨਹੀਂ ਆਪਾਂ ਕੋਫਤੇ ਬਣਾਉਣੇ, ਥੋੜ੍ਹੇ ਛੋਟੇ ਛੋਟੇ ਬਣਾਵਾਂਗੇ। ਹੁਣ ਇਹਨਾਂ ਕੋਫਤਿਆਂ ਦੀ ਆਪਾਂ ਸਾਈਡ ਨੂੰ ਕਰ ਦਿੰਦੇ ਹਾਂ ਜੀ ਚੇਂਜ। ਦੇਖੋ ਕਿੰਨੇ ਵਧੀਆ ਫਰਾਈ ਹੋਏ ਨੇ। ਕੋਫਤੇ ਆਪਣੇ ਹੋ ਗਏ ਨੇ ਫਰਾਈ, ਇਹਨਾਂ ਨੂੰ ਕੱਢ ਲੈਂਦੇ ਹਾਂ। ਲਓ ਜੀ ਕੋਫਤੇ ਆਪਾਂ ਬਣਾ ਕੇ ਕਰ ਲਏ ਨੇ ਤਿਆਰ ਤੇ ਹੁਣ ਆਪਾਂ ਲਾਉਂਦੇ ਹਾਂ ਜੀ ਤੜਕਾ। ਇਹਨਾਂ ਨੂੰ ਆਪਾਂ ਕੱਢ ਲੈਂਦੇ ਹਾਂ। ਤੇ ਖੜੇ ਮਸਾਲਿਆਂ ਵਿੱਚ ਪਾਵਾਂਗੇ ਜੀ ਆਪਾਂ 2 ਲੱਭ ਸੁੱਕੀਆਂ ਲਾਲ ਮਿਰਚਾਂ ਤੇ 2 ਤੇਜ਼ ਪੱਤਰ ਤੇ ਨਾਲ ਹੀ ਇੱਥੇ 1/2 ਚਮਚ ਜੀਰੇ ਦਾ ਤੇ ਚਮਚ ਦਾ ਚੌਥਾ ਹਿੱਸਾ ਹੀ ਆਪਾਂ ਅਜਵਾਇਣ ਦਾ ਪਾਵਾਂਗੇ ਕਿਉਂਕਿ ਇਹ ਵਾਈ ਹੁੰਦੇ ਨੇ ਤੇ ਇਹਦੇ ਨਾਲ ਕਾਫੀ ਫਰਕ ਪੈ ਜਾਂਦਾ ਹੈ ਅਜਵਾਇਣ ਪਾਉਣ ਦੇ ਨਾਲ। ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ ਤੜਕਾ ਲਾਂਗੇ ਤੇ ਨਾਲ ਹੀ ਹੁਣ ਆਪਾਂ ਪਾ ਦਾਂਗੇ ਜੀ ਆਪਣਾ ਕੁੱਟਿਆ ਹੋਇਆ ਮਸਾਲਾ ਲਸਣ ਅਦਰਕ ਹਰੀ ਮਿਰਚ ਪਿਆਜ਼। ਪਿਆਜ਼ ਆਪਾਂ ਭੁੱਜ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਪਾ ਦਾਂਗੇ ਥੋੜ੍ਹੇ ਜਿਹੇ ਮਸਾਲੇ ਤੇ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਆਪਾਂ ਨਮਕ 1/2 ਚਮਚ ਆਪਾਂ ਪਾਵਾਂਗੇ ਹਲਦੀ ਦਾ ਤੇ ਥੋੜ੍ਹੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਤੇ ਗਰਮ ਮਸਾਲਾ। ਇਹਨਾਂ ਨੂੰ ਮਿਕਸ ਕਰ ਲੈਣੇ। ਦੋ ਮਿੰਟ ਬਾਅਦ ਆਪਾਂ ਹੁਣ ਪਾ ਦਾਂਗੇ ਜੀ ਕੁੱਟੇ ਹੋਏ ਟਮਾਟਰ। ਇਹਨਾਂ ਨੂੰ ਭੁੰਨ ਲੈਣੇ ਟਮਾਟਰਾਂ ਨੂੰ। ਮਸਾਲਾ ਬਿਲਕੁਲ ਹੋ ਗਿਆ ਜੀ ਤਿਆਰ ਤੇ ਹੁਣ ਆਪਾਂ ਮਸਾਲੇ ਵਿੱਚ ਪਾ ਦਾਂਗੇ ਜੀ ਪਾਣੀ। ਤੁਸੀਂ ਆਪਣੀ ਜਿੰਨੀ ਕੁ ਤੁਸੀਂ ਗ੍ਰੇਵੀ ਰੱਖਣੀ ਆ ਉਹਦੇ ਹਿਸਾਬ ਨਾਲ ਤੁਸੀਂ ਪਾਣੀ ਪਾ ਸਕਦੇ ਹੋ। ਇਹ ਆਪਾਂ ਬੇਸਣ ਵਾਲਾ ਪਾਣੀ ਪਾ ਦਾਂਗੇ ਹੁਣ। ਤੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਰਿੰਨ ਲਾਂਗੇ।
ਗ੍ਰੇਵੀ ਨੂੰ ਉਬਾਲ ਆ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਪਣੇ ਬਣਾਏ ਹੋਏ ਜਿਹੜੇ ਆਪਾਂ ਕੋਫਤੇ ਰੱਖੇ ਸੀ ਇਹਨਾਂ ਨੂੰ ਪਾ ਦਾਂਗੇ। ਕੋਫਤੇ ਪਾਉਣ ਤੋਂ ਬਾਅਦ ਆਪਾਂ ਬਿਲਕੁਲ ਘੱਟ ਸੇਕ ਦਿੱਤੇ ਸਬਜ਼ੀ ਨੂੰ ਆਪਾਂ ਹੋਰ 5 ਮਿੰਟ ਪਕਾਵਾਂਗੇ। ਇਹਨਾਂ ਨੂੰ ਕਰ ਦਿੰਦੇ ਹਾਂ ਚੰਗੀ ਤਰ੍ਹਾਂ ਮਿਕਸ। ਪੰਜ ਮਿੰਟ ਵਾਸਤੇ ਆਪਾਂ ਹੋਰ ਸਬਜ਼ੀ ਨੂੰ ਰੇਜਾ ਲਵਾ ਲਿਆ। ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ। ਤੇ ਹੁਣ ਆਪਾਂ ਇਹਨੂੰ ਉਤਾਰ ਲੈਂਦੇ ਹਾਂ ਜੀ ਥੱਲੇ ਤੇ ਇੱਕ ਪਲੇਟ ਦੇ ਵਿੱਚ ਪਾ ਕੇ ਆਪਾਂ ਸਬਜ਼ੀ ਨੂੰ ਸਰਵ ਕਰਾਂਗੇ। ਤੇ ਸਬਜ਼ੀ ਆਪਣੀ ਬਹੁਤ ਹੀ ਵਧੀਆ ਬਣੀ ਆ। ਇੱਥੇ ਤੁਸੀਂ ਸਬਜ਼ੀ ਦੀ ਜਿਹੜੀ ਗ੍ਰੇਵੀ ਆ ਤੁਸੀਂ ਆਪਣੇ ਜਿੰਨੀ ਤੁਹਾਨੂੰ ਚਾਹੀਦੀ ਹੈ ਤੁਸੀਂ ਉਹਦੇ ਹਿਸਾਬ ਨਾਲ ਸਬਜ਼ੀ ਦੇ ਵਿੱਚ ਪਾਣੀ ਪਾ ਸਕਦੇ ਹੋ। ਤੇ ਲਓ ਜੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ। ਤੁਸੀਂ ਦੇਖ ਸਕਦੇ ਹੋ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਆ ਕਚਾਲੂਆਂ ਦੇ ਕੋਫਤਿਆਂ ਦੀ। ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ। ਤੇ ਲਓ ਜੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ। ਤੁਸੀਂ ਇਸ ਸਬਜ਼ੀ ਨੂੰ ਚਾਵਲਾਂ ਨਾਲ ਖਾਓ, ਚਾਹੇ ਰੋਟੀ ਪਰਾਂਠੇ ਜਾਂ ਤੰਦੂਰੀ ਰੋਟੀ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋ। ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਸਬਜ਼ੀ। ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਕਚਾਲੂਆਂ ਦੀ, ਕੋਫਤਿਆਂ ਦੀ, ਸਬਜ਼ੀ ਦੀ, ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।